ਤੁਸੀਂ ਦੇਖ ਰਹੇ ਹੋ ਸਹਿਜ ਨਿਊਜ਼ ਚੈਨਲ। ਨਵੀਆਂ ਅਤੇ ਤਾਜ਼ਾ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਅਤੇ ਲਾਈਵ ਕਵਰੇਜ ਲਈ ਸੰਪਰਕ ਕਰੋ। ਸ਼ਹੀਦ ਭਗਤ ਸਿੰਘ ਸਪੋਰਟਸ ਐਂਡ ਵੈਲਫੇਅਰ ਕਲੱਬ ਘੁੜਕਾ ਵੱਲੋਂ ਪ੍ਰਵਾਸੀ ਭਾਰਤੀਆਂ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਪਿੰਡ ਘੁੜਕਾ ਵਿਖੇ ਕਰਵਾਇਆ ਗਿਆ 13ਵਾਂ ਕ੍ਰਿਕਟ ਟੂਰਨਾਮੈਂਟ ਆਪਣੀਆਂ ਮਿੱਠੀਆਂ ਯਾਦਾਂ ਛੱਡਦਾ ਸਮਾਪਤ ਹੋਇਆ। ਇਸ ਟੂਰਨਾਮੈਂਟ ਵਿੱਚ ਇਲਾਕੇ ਭਰ ਦੀਆਂ 70 ਦੇ ਕਰੀਬ ਟੀਮਾਂ ਨੇ ਹਿੱਸਾ ਲਿਆ। ਇਸ ਟੂਰਨਾਮੈਂਟ ਦਾ ਫਾਈਨਲ ਮੁਕਾਬਲਾ ਫਰਵਾਲਾ ਅਤੇ ਨੰਗਲ ਫਲੌਰ ਦੀਆਂ ਟੀਮਾਂ ਦਰਮਿਆਨ ਖੇਡਿਆ ਗਿਆ, ਜਿਸ ਵਿੱਚ ਨੰਗਲ ਫਲੌਰ ਦੀ ਟੀਮ ਜੇਤੂ ਰਹੀ, ਜਦਕਿ ਫਰਵਾਲਾ ਦੀ ਟੀਮ ਉਪ ਜੇਤੂ ਰਹੀ। ਜੇਤੂ ਟੀਮ ਨੂੰ 31,000 ਰੁਪਏ ਅਤੇ ਉਪ ਜੇਤੂ ਟੀਮ ਨੂੰ 20,000 ਰੁਪਏ ਦੀ ਨਗਦ ਰਾਸ਼ੀ ਨਾਲ ਸਨਮਾਨਿਤ ਕੀਤਾ ਗਿਆ। ਟੀਮਾਂ ਨੂੰ ਇਨਾਮਾਂ ਦੀ ਵੰਡ ਪਿੰਡ ਦੇ ਪਤਵੰਤੀ ਵਿਅਕਤੀਆਂ ਵੱਲੋਂ ਸਾਂਝੇ ਤੌਰ 'ਤੇ ਕੀਤੀ ਗਈ। ਇਸ ਮੌਕੇ ਮੈਨ ਆਫ ਦੀ ਸੀਰੀਜ਼ ਰਹੇ ਐਂਡੀ ਭਾਰ ਸਿੰਘ ਪੁਰਾ ਨੂੰ ਮਾਈਕ੍ਰੋਵੇਵ, ਜਦਕਿ ਬੈਸਟ ਬੋਲਰ ਅਮਨੀ ਅਤੇ ਬੈਸਟ ਬੈਟਸਮੈਨ ਰਹੇ ਗੋਪੀ ਨੂੰ ਜੂਸਰ ਮਿਕਸਰ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਕਲੱਬ ਵੱਲੋਂ ਆਏ ਹੋਏ ਪਤਵੰਤੀ ਵਿਅਕਤੀਆਂ ਅਤੇ ਸਹਿਯੋਗੀਆਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਅਮਰਜੀਤ ਸਿੰਘ ਸੰਧੂ ਨੇ ਕਲੱਬ ਵੱਲੋਂ ਕੀਤੇ ਗਏ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਇਸ ਮੌਕੇ ਅਮਰਜੀਤ ਸਿੰਘ ਸੰਧੂ, ਤਰਲੋਚਨ ਸਿੰਘ ਜੌਹਲ, ਰੁਪਿੰਦਰ ਸਿੰਘ, ਸੋਨੂ ਜੌਹਲ, ਖੁਸ਼ੀ ਰਾਮ, ਬਾਬੂ ਲੰਬੜਦਾਰ, ਮਦਨ ਲਾਲ, ਰਣਜੀਤ ਸਿੰਘ, ਅਮਨ ਢਿੱਲੋਂ, ਦੀਪਾ ਕੁਨਰ, ਕੁਲਤਾਰ, ਹਰਦੀਪ, ਅਨੂਪ, ਜਤਿੰਦਰ, ਦਵਿੰਦਰ, ਜੋਧਾ, ਸੁਖਪ੍ਰੀਤ, ਮੰਨਾ, ਜੀਤਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਖੇਡ ਪ੍ਰੇਮੀ ਮੌਜੂਦ ਸਨ। ਸ਼ਹੀਦ ਭਗਤ ਸਿੰਘ ਸਪੋਰਟਸ ਐਂਡ ਵੈਲਫੇਅਰ ਕਲੱਬ ਪਿੰਡ ਘੁੜਕਾ ਵੱਲੋਂ ਜੋ 13ਵਾਂ ਕ੍ਰਿਕਟ ਕੱਪ ਜਿਹੜਾ ਪਿੰਡ ਘੁੜਕਾ ਦੇ ਵਿੱਚ ਕਰਾਇਆ ਗਿਆ, ਅੱਜ ਉਹਦੇ ਇਨਾਮਾਂ ਦੀ ਵੰਡ ਕੀਤੀ ਗਈ ਆ। ਮੈਨੂੰ ਬੜਾ ਮਾਣ ਮਹਿਸੂਸ ਹੋਇਆ ਕਿ ਅੱਜ ਪਿੰਡ ਦੇ ਪਤਵੰਤੇ ਸੱਜਣਾਂ ਦੇ ਨਾਲ ਇਸ ਟੂਰਨਾਮੈਂਟ ਦੇ ਇਨਾਮਾਂ ਦੀ ਵੰਡ ਕੀਤੀ ਆ। ਫਾਈਨਲ ਜਿਹੜਾ ਮੁਕਾਬਲਾ ਆ ਉਹਦੇ ਵਿੱਚ ਨੰਗਲ ਫਲੌਰ ਦੀ ਟੀਮ ਨੇ ਫਰਵਾਲਾ ਦੀ ਟੀਮ ਨੂੰ ਹਰਾ ਕੇ 31,000 ਦਾ ਪਹਿਲਾ ਇਨਾਮ ਜਿੱਤਿਆ ਅਤੇ ਸਾਰਾ ਹੀ ਟੂਰਨਾਮੈਂਟ ਜਿਹੜਾ ਉਹ ਬਹੁਤ ਸ਼ਾਨਦਾਰ ਹੋਇਆ ਅਤੇ ਨਗਰ ਨਿਵਾਸੀਆਂ ਨੇ ਸਾਰੇ ਮੈਚਾਂ ਦਾ ਬੜਾ ਆਨੰਦ ਮਾਣਿਆ। ਜਿੱਥੇ ਮੈਂ ਪਹਿਲੇ ਨੰਬਰ 'ਤੇ ਆਉਣ ਵਾਲੀ ਟੀਮ ਨੂੰ ਬਹੁਤ ਬਹੁਤ ਵਧਾਈ ਦਿੰਦਾ, ਪਹਿਲੇ ਦੂਜੇ ਨੰਬਰ 'ਤੇ ਆਉਣ ਵਾਲੀਆਂ ਟੀਮਾਂ ਨੂੰ, ਉੱਥੇ ਨਾਲ ਦੀ ਨਾਲ ਜਿਹੜੀਆਂ ਟੀਮਾਂ ਨੇ ਪਾਰਟੀਸਪੇਟ ਕੀਤਾ ਆ ਉਹ ਸਾਰੀਆਂ ਉਹਨਾਂ ਦੇ ਪਲੇਅਰ ਜਿਹੜੇ ਆ ਉਹ ਵੀ ਬਹੁਤ ਵਧਾਈ ਦੇ ਪਾਤਰ ਨੇ ਅਤੇ ਬਹੁਤ ਧੰਨਵਾਦ ਹੈ ਕਲੱਬ ਦੇ ਸਾਰੀ ਟੀਮ ਦਾ ਅਤੇ ਸਾਰੇ ਨਗਰ ਨਿਵਾਸੀਆਂ ਦਾ ਜਿਨ੍ਹਾਂ ਨੇ ਇਸ ਟੂਰਨਾਮੈਂਟ ਦੇ ਵਿੱਚ ਬਹੁਤ ਵੱਡਾ ਸਹਿਯੋਗ ਦਿੱਤਾ ਆ। ਅਤੇ ਮੈਂ ਆਸ ਕਰਦਾ ਕਿ ਇਸੇ ਤਰ੍ਹਾਂ ਇਹ ਨੌਜਵਾਨ ਆਉਣ ਵਾਲੇ ਸਮੇਂ ਦੇ ਵਿੱਚ ਵੀ ਉਪਰਾਲਾ ਕਰਦੇ ਰਹਿਣਗੇ ਅਤੇ ਸਾਡੇ ਨਗਰ ਨਿਵਾਸੀ ਵੀ ਸਾਰੇ ਇਕੱਠੇ ਹੋ ਕੇ ਇਹਨਾਂ ਨੌਜਵਾਨਾਂ ਨੂੰ ਹਮੇਸ਼ਾ ਹੀ ਇਹਨਾਂ ਦਾ ਉਤਸ਼ਾਹ ਵਧਾਉਂਦੇ ਰਹਿਣਗੇ ਤਾਂ ਜੋ ਇਹ ਨੌਜਵਾਨ ਆਪਣਾ ਜਿਹੜਾ ਸਮਾਂ ਆ ਉਹ ਚੰਗੇ ਪਾਸੇ ਲਾ ਕੇ ਉਹਨੂੰ ਸਾਰਥਕ ਕਰਨ ਅਤੇ ਚੰਗੇ ਸਮਾਜ ਦੀ ਸਿਰਜਣਾ ਦੇ ਵਿੱਚ ਆਪਣਾ ਯੋਗਦਾਨ ਪਾਉਣ। ਬਹੁਤ ਬਹੁਤ ਧੰਨਵਾਦ।